कायम अज असि कायम इसे लिए नहीं है क्योंकि साडा भरोसा नहीं हुंदा काम करी जांदे फिर भी ਮੂਰੇ ਮੂਰੇ ਚੱਲ ਕੇ ਪਵਿੱਤਰ ਵਸਤਰਾਂ ਵਿੱਚ ਉਸਤਤ ਕਰਨ ਅਤੇ ਆਖਣ ਜਿਹੜੇ ਪਰਮੇਸ਼ਰ ਨੇ ਹੁਕਮ ਦਿੱਤੇ ਸੀ ਵਸਤਰ ਪਹਿਨਣ ਵਾਸਤੇ ਉਹ ਵਸਤਰ ਪਹਿਨੋ ਯਹੋਵਾ ਦਾ ਧੰਨਵਾਦ ਕਰੋ ਤੁਰੀਆਂ ਬਜਾਓ ਐ ਨਾ ਛੈਣੇ ਬਾਜੇ ਜੋ ਕੁਛ ਹੈਗਾ ਤੁਹਾਡੇ ਕੋਲ ਉਹਦੇ ਨਾਲ ਸਿਰਫ ਤੁਸੀਂ ਪਰਮੇਸ਼ਵਰ ਦੀ ਉਸਤਤ ਕਰਦੇ ਜਾਓ ਉਹਦੀ ਦਇਆ ਜੋ ਸਦਾ ਦੀ ਹੈ ਉਹਦੀ ਦਇਆ ਜੋ ਸਦਾ ਦੀ ਹੈ ਜਦ ਉਹ ਗਾਉਣ ਅਤੇ ਉਸਤਤ ਕਰਨ ਲੱਗੇ ਤਾਂ ਜਦ ਉਹ ਗਾਉਣ ਅਤੇ ਉਸਤਤ ਕਰਨ ਲੱਗੇ ਆ ਸਾਡੇ ਤੇ ਲੋਕੀ ਗਾਉਂਦੇ ਆ ਨਾ ਤੇ ਸਿਰਫ ਪਰਫਾਰਮੈਂਸ ਕਰਨ ਲਈ ਆਉਂਦੇ ਆ ਵੀ ਪਤਾ ਲੱਗ ਜਾਵੇ ਭਾਈ ਇਕਬਾਲ ਕੇ ਲਗਾ ਕੇ ਗਿਆ ਜੀ ਕਿਆ ਬਾਤ ਹੈ ਉਹਨੂੰ ਇਹ ਮਤਲਬ ਨਹੀਂ ਹੁੰਦਾ ਕਿ ਖੁਦਾ ਦਾ ਕੋਈ ਕੰਮ ਹੋਵੇ ਬਸ ਪਰਫਾਰਮੈਂਸ ਕਰਨ ਦਾ ਮਤਲਬ ਆ ਵੀ ਪਤਾ ਲੱਗ ਜਾਵੇ ਵੀ ਗੁਲਾਮ ਅਲੀ ਨੂੰ ਵੀ ਪਿੱਛੇ ਕਰ ਗਏ ਆ ਨੁਸਰਫਤ ਅਲੀ ਖਾਨ ਵੀ ਪਿੱਛੇ ਇਹਨਾਂ ਅੱਗੇ ਸ਼ਰਮਿੰਦਾ ਹੋ ਗਿਆ ਆ ਲੇਕਿਨ ਇਹਨਾਂ ਨੇ ਜਦੋਂ ਗਾਇਆ ਉਦੋਂ ਕੰਮ ਹੋਇਆ ਅੱਜ ਬੜੇ ਬੜੇ ਲੋਕ ਕੀ ਕੰਸਰਟ ਕੀ ਕਹਿੰਦੇ ਹੁੰਦਾ ਕੋਈ ਅੰਗਰੇਜ਼ੀ ਦਾ ਗੁਲਾਮ ਕੌਂਸਰਟ ਕਰਦੇ ਆ ਜੀ ਤੇ ਉਹਦਾ ਰਿਜ਼ਲਟ ਰਿਜ਼ੁਲਟ ਕੋਈ ਵੀ ਨਿਕਲਦਾ ਨਹੀਂ ਹੈ ਮੈਨੂੰ ਯਾਦ ਹੈ 15 ਲੱਖ ਰੁਪਇਆ ਲਾ ਕੇ ਅਨਿਲ ਕਾਂਤ ਅਤੇ ਜੌਨੀ ਲੀਵਰ ਦਾ ਇੰਡੀਆ 'ਚ ਪ੍ਰੋਗਰਾਮ ਕੀਤਾ 2006 ਦੇ ਵਿੱਚ ਇੱਕ ਰੂਹ ਨਹੀਂ ਬਚੀ ਅਤੇ ਮੈਂ ਫੈਸਲਾ ਕਰ ਲਿਆ ਅੱਜ ਤੋਂ ਬਾਅਦ ਕਦੇ ਕਨਵੈਨਸ਼ਨ ਨਹੀਂ ਕਰਾਉਣੀ ਅਤੇ 2006 ਤੋਂ ਬਾਅਦ ਫਿਰ ਮੈਂ ਕਦੇ ਕਨਵੈਨਸ਼ਨ ਮੇਰੇ ਦਿਮਾਗ ਨੇ ਕੰਮ ਕੀਤਾ ਮੈਂ 15 ਲੱਖ ਰੁਪਇਆ ਲਾ ਕੇ ਪਿੰਡਾਂ ਦੇ ਇਲਾਕੇ 'ਚ 4-5 ਚਰਚਾਂ ਬਣਾਈਆਂ ਹੁੰਦੀਆਂ ਅੱਜ ਉੱਥੇ 100-100 ਬੰਦਾ ਹੋਣਾ ਸੀ ਕੋਈ ਇਹ ਸਭ ਰੌਲਾ ਆ ਹੋਰ ਰਿਜ਼ਲਟ ਕੋਈ ਵੀ ਸਿਰਫ ਜਸਟ ਆਪਣੇ ਆਪ ਨੂੰ ਪੇਸ਼ ਕਰਨ ਦੀਆਂ ਗੱਲਾਂ ਆ ਅਤੇ ਇਹਨਾਂ ਨੇ ਵੀ ਪੇਸ਼ ਕੀਤਾ ਪਰਮੇਸ਼ ਅਸੀਂ ਕਰਦੇ ਪਬਲਿਕ ਦੇ ਅੱਗੇ ਲੋਕ ਬੈਠੇ ਆ ਅਤੇ ਸਾਨੂੰ ਅਸੀਂ ਕਿਹੜਾ ਸੁਣਾਉਂਦੇ ਹਾਂ ਅਸੀਂ ਲੋਕਾਂ ਨੂੰ ਸੁਣਾਉਂਦੇ ਹਾਂ ਉੱਥੇ ਘੈਂ ਘੈਂ ਕਰਕੇ ਸਾਰੇ ਗਮਾ ਪਾ ਕਰਕੇ ਨਾ ਅਸੀਂ ਲੋਕਾਂ ਨੂੰ ਸੁਣਾਉਂਦੇ ਹਾਂ ਅਤੇ ਇਹ ਕਿਹਦੇ ਲਈ ਗਾ ਰਹੇ ਆ ਭਲਾ ਇਹ ਯਹੋਵਾ ਪਰਮੇਸ਼ਵਰ ਦੇ ਲਈ ਗਾ ਰਹੇ ਔਰ ਗਾਉਣ ਦੇ ਆਵੇ ਨਾ ਕੀ ਹੋਇਆ ਦੇਖੋ ਜਰਾ ਜਦੋਂ ਗਾਉਣ ਲੱਗੇ ਉਸ ਤੋਂ ਕਰਨ ਲੱਗੇ ਤਾਂ ਯਹੋਵਾ ਨੇ ਅਮੋਨੀਆਂ ਅਤੇ ਮੁਆਬੀਆਂ ਲਈ ਸ਼ਾਇਰ ਪਰਬਤ ਦੇ ਵਸ਼ਨੀਕਾਂ ਉੱਤੇ ਜਿਹੜੇ ਯਹੂਦਾ ਉੱਤੇ ਚੜ੍ਹ ਆਉਂਦੇ ਸਨ ਸ਼ਹਿ ਵਾਲਿਆਂ ਨੂੰ ਬਿਠਾ ਦਿੱਤਾ ਸੋ ਉਹ ਮਾਰੇ ਗਏ ਹਾਲੇਲੂਇਆ ਉਹਨਾਂ ਦੇ ਹੀ ਵਿੱਚੋਂ ਉਹਨਾਂ ਦੇ ਹੀ ਬਾਗੀ ਖੜ੍ਹੇ ਕਰ ਦਿੱਤੇ ਉਹ ਸ਼ਹਿ ਲਾ ਕੇ ਬੈਠ ਗਏ ਇਹ ਆਪਣੀ ਉਸਤਤ ਕਰ ਰਿਹਾ ਕਿੱਦਾਂ ਕਰ ਰਹੇ ਪਰਮ ਪਿਤਾ ਕੀ ਹਮ ਸਤੁਤੀ ਗਾਏ ਵਹੀ ਹੈ ਜੋ ਬਚਾਤਾ ਹਮੇ ਮਾਂ ਕੀ ਤਰ੍ਹਾਂ ਉਸਨੇ ਦੀ ਤਸੱਲੀ ਦੁਨੀਆ ਕੇ ਖਤਰੋਂ ਮੇ ਛੋੜਾ ਨਹੀਂ ਪਰੋਂ ਪੇ ਬਿਠਾਇਆ ਉਹ ਕਾਬ ਕੀ ਤਰ੍ਹਾਂ ਤਾਂ ਕਿ ਹਮਕੋ ਚੋਟ ਨਾ ਲੱਗੇ ਇਹ ਗਾ ਰਹੇ ਸਤੁਤੀ ਕਰ ਰਹੇ ਉਹਨੂੰ ਪਤਾ ਨਹੀਂ ਦੁਸ਼ਮਣ ਸਾਹਮਣੇ ਉਹਨਾਂ ਨੂੰ ਅਹਿਸਾਸ ਨਹੀਂ ਉਹਨਾਂ ਇੱਕੋ ਕੰਮ ਦਾ ਪਤਾ ਅਸੀਂ ਤੇ ਆਪਣੇ ਪਰਮੇਸ਼ਵਰ ਦੀ ਉਸਤਤ ਜੇ ਉਸਤਤ ਪਰਮੇਸ਼ਵਰ ਦੀ ਇੱਛਾ ਦੇ ਮੁਤਾਬਕ ਹੁੰਦੀ ਹੋਵੇ ਤੇ ਫਿਰ ਕਦੇ ਨਹੀਂ ਹੋ ਸਕਦਾ ਕੰਮ ਨਾ ਹੋਵੇ ਹਾਲੇਲੂਇਆ ਮੈਨੂੰ ਯਾਦ ਹੈ ਇੱਥੇ ਸੁਭਾਸ਼ ਗਿੱਲ ਆਏ ਸੀ ਅਸੀਂ ਸਾਨੂੰ ਵੀ ਜਾਣ ਦਾ ਮੌਕਾ ਮਿਲਿਆ ਸੀ ਸਾਨੂੰ ਨਹੀਂ ਪਤਾ ਉਹ ਬੰਦਾ 1.5 ਘੰਟਾ ਕੀ ਕਰਦਾ ਰਿਹਾ ਹੈ ਲੇਕਿਨ ਇੱਕ ਗੱਲ ਦਾ ਪਤਾ ਲੱਗ ਰਿਹਾ ਸੀ ਇੱਕ ਬੰਦਾ ਆਇਆ ਹੈ ਉਹਨੂੰ ਗਾਉਣਾ ਆਉਂਦਾ ਆ ਅਤੇ ਪੇਸ਼ਕਾਰੀ ਕਰ ਰਿਹਾ ਬਸ ਦੈਟਸ ਇਟ ਕੋਈ ਰੂਹ ਦਾ ਕੰਮ ਨਹੀਂ ਸੀ ਕੋਈ ਗੱਲ ਨਹੀਂ ਕੋਈ ਕਿਸੇ ਬੰਦੇ ਨੂੰ ਬਰਕਤ ਨਹੀਂ ਮਿਲੀ ਕਿਸੇ ਨੂੰ ਕੋਈ ਆਸ਼ਿਸ਼ ਨਹੀਂ ਮਿਲੀ ਔਰ ਇਹ ਉਹ ਲੋਕ ਆ ਜਿਹੜੇ ਫੇਮਸ ਆ ਉਹਨਾਂ ਦਾ ਨਾਲ ਉਹ ਅਤੇ 500-700 ਬੰਦਾ ਵੈਸੇ ਹੀ ਇਕੱਠਾ ਹੋ ਜਾਂਦਾ ਬਸ ਜਸਟ ਐਂਟਰਟੇਨਮੈਂਟ ਹੋਰ ਕੁਛ ਵੀ ਇਹਨਾਂ ਨੇ ਗਾਉਣਾ ਸ਼ੁਰੂ ਕੀਤਾ ਪਰਮੇਸ਼ਵਰ ਨੇ ਇਹਨਾਂ ਦੀ ਉਸਤਤ ਨੂੰ ਕਬੂਲ ਕੀਤਾ ਦੁਸ਼ਮਣਾਂ ਨੂੰ ਇੱਕ ਦੂਜੇ ਦੇ ਦੁਸ਼ਮਣ ਬਣਾ ਦਿੱਤਾ ਇਹਨਾਂ ਨੂੰ ਕਿਸੇ ਉੱਤੇ ਵਾਰ ਨਹੀਂ ਕਰਨਾ ਪਿਆ ਚੁੱਪ ਚੁਪੀਤੇ ਖੁਦਾ ਦੀ ਉਸਤਤ ਕਰ ਰਹੇ ਅਤੇ ਉੱਧਰ ਦੁਸ਼ਮਣ ਆਪਸ ਵਿੱਚ ਜਿਹੜੇ ਹਮਲਾ ਕਰਨ ਆਏ ਸੀਗੇ ਉਹ ਆਪਸ ਵਿੱਚ ਹੀ ਲੜ ਲੜ ਕੇ ਇੱਕ ਦੂਸਰੇ ਨੂੰ ਮਾਰ ਦਿੱਤਾ ਔਰ ਜਦੋਂ ਇਹ ਗਏ ਆ ਤੇ ਕਹਿੰਦੇ ਆਪਣਾ ਕੰਮ ਯਹੋਵਾ ਨੇ ਕਰ ਦਿੱਤਾ ਹੁਣ ਸਮਾਨ ਚੁੱਕੋ ਤੇ ਘਰ ਨੂੰ ਹਾਲੇਲੂਇਆ ਆਪਣੀਆਂ ਅੱਖਾਂ ਨੂੰ ਬੰਦ ਕਰੀਏ ਸਿਰਾਂ ਚੁਕਾਈਏ ਅਗਲੇ ਹਿੱਸੇ ਦੇ ਉੱਤੇ ਅਗਲੇ ਹਫ਼ਤੇ ਗੌਰ ਕਰਾਂਗੇ ਜੰਗ ਜਿਹਨਾਂ ਦੀ ਲੜਦਾ ਯਹੋਵਾ ਉਹ ਜੰਗ ਕਦੇ ਹਾਲੇਲੂਇਆ ਪਰ ਬਸ਼ਰਤੇ ਕਿ ਜੰਗ ਜਿਹੜੀ ਆ ਉਹ ਯਹੋਵਾ ਦੇ ਹੱਥ ਦੇ ਵਿੱਚ ਦੇ ਦਈਏ ਹਾਲੇਲੂਇਆ ਖੁਦਾਵੰਦ ਖੁਦਾ ਤੇਰੀ ਤਾਰੀਫ ਤੇਰਾ ਸ਼ੁਕਰ ਕਰਦੇ ਹਾਂ ਤੇਰੇ ਲੋਕਾਂ ਦੇ ਵਾਸਤੇ ਖੁਦਾਵੰਦ ਸੱਚਮੁੱਚ ਤੂੰ ਸਾਨੂੰ ਆਪਣੀ ਉਸਤਤ ਕਰਨੀ ਸਿਖਾ ਖੁਦਾਵੰਦ ਅਸੀਂ ਬੁੱਲਾਂ ਦੇ ਨਾਲ ਜ਼ਰੂਰ ਬੋਲਦੇ ਹਾਂ ਪਰ ਸਾਡੇ ਦਿਲ ਤੇਰੇ ਤੋਂ ਦੂਰ ਹਨ ਅਸੀਂ ਗਾਉਂਦੇ ਹਾਂ ਸਿਰਫ ਪੇਸ਼ਕਾਰੀ ਵਾਸਤੇ ਅਸੀਂ ਗਾਉਂਦੇ ਹਾਂ ਦੂਸਰਿਆਂ ਨੂੰ ਸੁਣਾਉਣ ਵਾਸਤੇ ਦੂਸਰਿਆਂ ਤੋਂ ਮਹਿਮਾ ਲੈਣ ਵਾਸਤੇ ਸਾਡਾ ਗਾਉਣਾ ਸਾਡਾ ਵਜਾਉਣਾ ਸਾਡਾ ਸੁਣਾਉਣਾ ਤੈਨੂੰ ਖੁਸ਼ ਕਰਨ ਵਾਸਤੇ ਨਹੀਂ ਖੁਦਾ ਬਲਕਿ ਦੁਨੀਆਂ ਦੇ ਵਿੱਚ ਇੱਜ਼ਤ
हासिल करने दे लिए है। सचमुच तेरा रूह काम करे खुदावन और ऐसे तेरे लोग उठन खुदावन। जदों गौण खुदावन सचमुच तेरा रूह काम करे हालेलुया। जदों गौण लोकां दे बंधन टुट जाण खुदावन। जदों गौण बीमार चंगे होण खुदावन। जदों गौण दुष्ट आत्मे निकल जाण खुदावन। जदों गौण लोग तेरी कुदरत नूं देख सकण खुदावन। अज जरूरत है मेरे पिता ऐसे गवाइयां दी खुदावन जिहड़े गौण ते लोग तेरी कुदरत नूं देख सकण। योशा फार दे जमाने दी तरह खुदावन एक गवाही बन सके अज जरूरत है खुदावन। हालेलुया तेरी उस्तत करन वाले लोकां दी खुदा जो सच्चे दिल तो तेरी उस्तत कर सकण ताकि तू उन्हां दी लड़ाई लड़े खुदा। तू दया कर खुदावन तेरे कलाम दा जो बीज बीजा गया लोकां दे मनां च बस जावे खुदा। शैतान चुरा ना सके खुदा उन्हूं मौका ना मिले। तेरा पाक रूह हरेक नूं संभाले। साडी दुआ नूं सुनो कबूल करो मसीह यीशु दे नाम विच। हुण साडे खुदावन यीशु मसीह दा फजल खुदा बाप दी मुहब्बत पाक रूह दी संगत हुण तो लैके हमेशा तक उहदे तमाम लोकां दे नाल हुंदी रहे। आमीन हालेलुया। खुदा तुहानूं सभ नूं बरकत देवे। अगले हिस्से उत्ते अगली बार गौर करांगे। थैंक यू। नेक्स्ट वेडनेसडे किसी ने घरों खाना नहीं खाना हो सके तो भावे सवेरे नहीं खाना क्योंकि अस चाहते कि आके खाधा जाए और रज के खाधा जाए और रज के खाधा जाए। हालेलुया सारे रिक्वेस्ट की जरूर होना ठीक है। खुदा सारे नाम।